ਮੈਂ ਸਲਿਊਟ ਪੇਸ਼ ਕਰਦਾ ਐਸ ਜਵਾਨ ਨੂੰ, ਅੱਲਾ ਪਾਕ ਐਸੀ ਔਲਾਦ ਸਭ ਨੂੰ ਨਵਾਜ਼ੇ। ਗੱਲ ਬੜੀ ਮਜ਼ੇ ਦੀ ਆ, ਸੁਣਨ ਵਾਲੀ ਨਾਲ ਆ, ਵੀਡੀਓ ਵੀ ਚੱਲ ਰਹੀ ਆ। ਖਲੀਜੀ ਮੁਲਕ ਦੇ ਵਿੱਚ ਨਾ ਇੱਕ ਸ਼ਾਦੀ ਦੇ ਦੌਰਾਨ ਨਾ ਦੁੱਲਾ ਤੇ ਦੁਲਹਨ ਸਟੇਜ ਦੇ ਉੱਪਰ ਖੜੇ ਹੋਏ ਸੀਗੇ, ਬੜੇ ਜੋਸ਼ੋ ਖਰੋਸ਼ ਦੇ ਨਾਲ ਸ਼ਾਦੀ ਦੀ ਆਪਣੀ ਤਕਰੀਬ ਮਨਾ ਰਹੇ ਸੀਗੇ, ਤੇ ਉਨੀ ਦੇਰ ਨੂੰ ਨਾ ਉਹਨਾਂ ਦੀ ਜਿਹੜੀ ਦੁੱਲੇ ਦੀ ਮਾਂ ਨਾ ਉਹ ਸਟੇਜ ਦੇ ਉੱਪਰ ਆਣ ਕੇ ਤੇ ਆਪਣੇ ਪੁੱਤ ਦੇ ਨਾਲ ਖਲੋ ਗਈ। ਮਾਵਾਂ ਨੂੰ ਬੜੇ ਚਾਅ ਹੁੰਦੇ ਯਾਰ ਪੁੱਤਾਂ ਦੀਆਂ ਸ਼ਾਦੀਆਂ ਦੇ। ਦੁੱਲੇ ਦੇ ਨਾਲ ਖਲੋ ਗਈ ਤੇ ਦੁੱਲਣ ਨਾ ਦੁੱਲੇ ਦੇ ਕੰਨ ਦੇ ਵਿੱਚ ਕਹਿਣ ਲੱਗੀ ਕਿ ਆਪਣੀ ਮਾਂ ਨੂੰ ਸਟੇਜ ਤੋਂ ਥੱਲੇ ਲਾ ਦੇ, ਮੈਂ ਇਹਨੂੰ ਪਸੰਦ ਨਹੀਂ ਕਰਦੀ, ਮੈਨੂੰ ਇਹ ਪਸੰਦ ਨਹੀਂ ਗੀ। ਤੇ ਜਦੋਂ ਉਹਨੇ ਇਹ ਗੱਲ ਕਹੀ ਨਾ ਤੇ ਮਾਂ ਨੇ ਆਪਣੇ ਕੰਨੀ ਇਹ ਗੱਲ ਸੁਣ ਲਈ ਤੇ ਮਾਂ ਸਟੇਜ ਤੋਂ ਥੱਲੇ ਉਤਰ ਕੇ ਤੁਰ ਪਈ ਤੇ ਦੁੱਲਾ ਸੋਚ ਹੀ ਪੈ ਗਿਆ। ਦੁੱਲਾ ਹੁਣ ਸੋਚਣ ਲੱਗ ਪਿਆ, ਦੁੱਲੇ ਨੇ 2 ਮਿੰਟ ਸੋਚਿਆ, ਸਟੇਜ ਤੋਂ ਛਾਲ ਮਾਰੀ ਤੇ ਥੱਲੇ ਆ ਗਿਆ ਤੇ ਮੈਗ ਫੜ ਕੇ ਐਲਾਨ ਕਰ ਦਿੱਤਾ। ਐਲਾਨ ਕੀ ਕੀਤਾ? ਉਹਨੇ ਕਿਹਾ ਜੀ ਮੈਂ ਆਪਣੀ ਮਾਂ ਵੇਚਣੀ ਚਾਹੁੰਦਾ, ਕੋਈ ਬੰਦਾ ਲੈਣਾ ਚਾਹੁੰਦਾ ਤੇ ਦੱਸੋ। 3 ਦਫਾ ਦੁੱਲੇ ਨੇ ਐਲਾਨ ਕੀਤਾ ਕਿ ਮੈਂ ਆਪਣੀ ਮਾਂ ਵੇਚਣੀ ਹੈ, ਕਿਸੇ ਨੇ ਲੈਣੀ ਹੈ ਤੇ ਦੱਸੋ। ਤੇ ਪੂਰੇ ਮਜਮੇ ਦੇ ਵਿੱਚ ਚੁੱਪ ਛਾ ਗਈ, ਸਨਾਟਾ ਛਾ ਗਿਆ ਭਾਈ, ਸਾਰੇ ਉਹਦੇ ਮੂੰਹ ਵੱਲ ਵੇਖਣ ਲੱਗ ਪਏ। ਜਦੋਂ ਕਿਸੇ ਦਾ ਕੋਈ ਜਵਾਬ ਨਹੀਂ ਨਾ ਆਇਆ, ਉਹਨੇ ਆਪਣੀ ਅੰਗੂਠੀ ਲਾਈ ਜਿਹੜੀ ਸ਼ਾਦੀ ਵਾਲਿਆਂ ਨੇ ਉਹਨੂੰ ਪਾਈ ਸੀ, ਅੰਗੂਠੀ ਲਾ ਕੇ ਤੇ ਉਹਨੇ ਸਿੱਟੀ ਤੇ ਮਾਂ ਦੇ ਕਦਮਾਂ ਦਾ ਬੋਸਾ ਲਿਆ। ਉਹਨੇ ਕਿਹਾ ਮੈਂ ਆਪਣੀ ਮਾਂ ਨੂੰ ਆਪ ਹੀ ਖਰੀਦ ਲਿਆ। ਉਹਨੇ ਫੌਰਨ ਆਪਣੀ ਉਸ ਦੁਲਹਨ ਨੂੰ ਤਲਾਕ ਦਿੱਤੀ, ਬੋਸਾ ਲੈ ਕੇ ਕਹਿੰਦਾ ਮੈਂ ਆਪਣੀ ਮਾਂ ਨੂੰ ਆਪ ਹੀ ਖਰੀਦ ਲਿਆ। ਉਹ ਲੋਕੋ ਦੱਸੋ, ਮੈਂ ਘਾਟੇ ਦਾ ਸੌਦਾ ਤੇ ਨਹੀਂ ਕੀਤਾ। ਸੁਭਾਨ ਅੱਲਾ, ਜਦੋਂ ਉਹਨੇ ਇੰਨੀ ਗੱਲ ਕਹੀ ਨਾ ਤੇ ਇੱਕ ਨੌਜਵਾਨ ਬੰਦਾ ਉੱਠਿਆ, ਉਹਨੇ ਉੱਠ ਕੇ ਐਲਾਨ ਕਰਤਾ, ਉਹਨੇ ਕਿਹਾ ਮੈਂ ਇਸ ਨੌਜਵਾਨ ਦੇ ਨਾਲ ਆਪਣੀ ਬੇਟੀ ਦਾ ਰਿਸ਼ਤਾ ਕਰਦਾ, ਕਿਉਂਕਿ ਇਸ ਤੋਂ ਬਿਹਤਰ ਰਿਸ਼ਤਾ ਮੇਰੀ ਬੇਟੀ ਵਾਸਤੇ ਹੋ ਹੀ ਨਹੀਂ ਸਕਦਾ। ਵਾਹ ਸੁਭਾਨ ਅੱਲਾ, ਉਹ ਜੰਨਤ ਵੀ ਖਰੀਦ ਲਈ ਤੇ ਦੁਨੀਆਦਾਰੀ ਵੀ ਰੱਬ ਨੇ ਉਹਦੇ ਕਦਮਾਂ ਦੇ ਵਿੱਚ ਸਿੱਟ ਦਿੱਤੀ। ਤੇ ਜਿਹੜੇ ਲੋਕ ਆਪਣੇ ਵਾਲਦਿਆਂ ਦੀਆਂ ਕਦਰਾਂ ਕਰਦੇ ਨੇ ਨਾ, ਉਹ ਕਿਸੇ ਮੈਦਾਨ 'ਚ ਕਦੇ ਹਾਰ ਨਹੀਂ ਸਕਦੇ।